ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਕੈਨੇਡਾ ਦੇ ਮੇ ਇਨਟੇਕ ਤੇ ਅੱਜ ਡਿਸਕਸ਼ਨ ਕਰਾਂਗੇ। ਕੈਨੇਡਾ ਮੇ ਇਨਟੇਕ ਬਹੁਤ ਜਗ੍ਹਾ ਤੇ ਸੁਣਨ ਨੂੰ ਆ ਰਿਹਾ ਕਿ ਆਲਮੋਸਟ ਫੁੱਲ ਹੋ ਗਿਆ ਜਾਂ ਫੁੱਲ ਹੋ ਗਿਆ। ਸੋ ਰਿਐਲਿਟੀ ਕੀ ਹੈ, ਜਿਨ੍ਹਾਂ ਨੇ ਹਜੇ ਮੇ ਇਨਟੇਕ 'ਚ ਅਪਲਾਈ ਕਰਨਾ ਹੈ, ਕੀ ਪੋਸੀਬਿਲਿਟੀਜ਼ ਨੇ, ਉਹਨਾਂ ਵਾਸਤੇ ਡਿਸਕਸ ਕਰਾਂਗੇ। ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫਿਸ ਦੇ ਡਾਇਰੈਕਟਰ ਗਗਨਦੀਪ ਸਿੰਘ ਜੀ, ਸਵਾਗਤ ਹੈ। ਥੈਂਕ ਯੂ ਦੀਪਕ ਜੀ, ਐਂਡ ਸਤਿ ਸ਼੍ਰੀ ਅਕਾਲ ਸਾਰਿਆਂ। ਸੋ ਸਟੂਡੈਂਟਸ, ਜਿਹੜੇ ਸਟੂਡੈਂਟਸ ਦੇ ਕੋਈ ਵਾਰੀ ਕੋਈ ਸਪੈਸਿਫਿਕ ਸਵਾਲ ਹੁੰਦੇ ਨੇ ਆਪਣੇ ਪ੍ਰੋਫਾਈਲ ਨੂੰ ਲੈ ਕੇ, ਉਹ 4 ਵਜੇ ਇਸੇ ਚੈਨਲ ਤੇ ਕਾਲ ਕਰਕੇ ਗਗਨ ਜੀ ਨਾਲ ਗੱਲ ਕਰ ਸਕਦੇ ਨੇ। ਗਗਨ ਜੀ ਡੇਲੀ ਇਸ ਚੈਨਲ ਤੇ 4 ਵਜੇ ਲਾਈਵ ਵੀ ਹੁੰਦੇ ਨੇ। ਗਗਨ ਜੀ, ਮੇ ਇਨਟੇਕ ਦੀ ਗੱਲ ਕਰਦੇ ਹਾਂ, ਫੁੱਲ ਹੋ ਗਿਆ ਜਾਂ ਨਹੀਂ ਹੋ ਗਿਆ ਜਾਂ ਹਜੇ ਕਲੈਰਿਟੀ ਨਹੀਂ ਹੈਗੀ? ਦੇਖੋ ਸਰ, ਸਭ ਤੋਂ ਪਹਿਲਾਂ ਮੈਂ ਇੱਥੇ ਇਹ ਦੱਸਣਾ ਚਾਹਾਂਗਾ ਸਾਰੇ ਵਿਊਅਰਸ ਨੂੰ ਕਿ ਬਈ ਮੇ ਇਨਟੇਕ ਕੈਨੇਡਾ ਦਾ ਸਭ ਤੋਂ ਛੋਟਾ ਇਨਟੇਕ ਹੁੰਦਾ। ਆਪਾਂ ਹਰ ਵਾਰੀ ਇਹ ਚੀਜ਼ ਕਹਿੰਦੇ ਹਾਂ, ਔਰ ਜਦੋਂ ਕੋਈ ਇਨਟੇਕ ਛੋਟਾ ਹੁੰਦਾ ਉਹਦੇ 'ਚ ਆਪਸ਼ਨਸ ਵੀ ਉਨੇ ਹੀ ਲਿਮਿਟਿਡ ਰਹਿ ਜਾਂਦੇ ਨੇ। ਹਰ ਆਪਸ਼ਨਸ ਓਪਨ ਨਹੀਂ ਹੁੰਦੇ, ਯਾਨੀ ਕਿ ਹਰ ਕੋਰਸ ਦੇ ਅਕੋਰਡਿੰਗਲੀ ਕੋਰਸ ਜਿਹੜਾ ਅੱਗੇ ਦਾ ਸਿਲੈਕਸ਼ਨ ਹੈ ਉਹ ਨਹੀਂ ਅਵੇਲੇਬਲ ਹੁੰਦਾ। ਦੂਸਰੀ ਚੀਜ਼, ਕੈਨੇਡਾ ਦੇ ਪਿੱਛੇ ਅਗਰ ਟ੍ਰੈਂਡ ਨੂੰ ਲੈ ਕੇ ਚੱਲੀਏ, ਥੋੜ੍ਹਾ ਜਿਹਾ ਪਿੱਛੇ ਜਾਈਏ ਤਾਂ ਕਾਫ਼ੀ ਜ਼ਿਆਦਾ ਜਿਹੜਾ ਪਿੱਛੇ ਰਿਫਿਊਜ਼ਲਸ ਮਿਲੀਆਂ ਸੀ, ਸੋ ਉਹ ਬੱਚੇ ਵੀ ਕਿਤੇ ਨਾ ਕਿਤੇ ਡੈਫਰ ਹੋਏ ਅਗਲੇ ਅਗਲੇ ਇਨਟੇਕਸ ਦੇ ਵਿੱਚ। ਸੋ ਜਿਹੜੀ ਉਹ ਸੀਟਸ ਅਵੇਲੇਬਲ ਸੀ ਉਹ ਵੀ ਫਿਲ ਆਊਟ ਹੋਈਆਂ ਉਹ ਬੱਚਿਆਂ ਦੇ ਕਰਕੇ। ਬਟ ਯੈਸ, ਅੱਜ ਦੀ ਡੇਟ 'ਚ ਅਗਰ ਗੱਲ ਕਰੀਏ ਰਿਜ਼ਲਟ ਦੀ, ਮੈਂ ਥੋੜ੍ਹੀ ਜਿਹੀ ਇੱਥੇ ਗੱਲ ਕਰਦਾ, ਤਾਂ ਬਹੁਤ ਵਧੀਆ ਕੈਨੇਡਾ ਦਾ ਰਿਜ਼ਲਟ ਇਸ ਵੇਲੇ ਹੋ ਚੁੱਕਿਆ। ਆਲਮੋਸਟ 80-85% ਸਕਸੈਸ ਰੇਟ 'ਤੇ ਕੈਨੇਡਾ ਪਹੁੰਚ ਚੁੱਕਿਆ। ਬੈਕਲੋਗ ਵੀ ਉਹਦੇ ਬਹੁਤ ਜ਼ਿਆਦਾ ਲੋਅ ਡਾਊਨ ਹੋ ਚੁੱਕੇ ਨੇ, ਆਲਮੋਸਟ ਖਤਮ ਹੋ ਸਕਦੇ ਨੇ ਜਨਵਰੀ ਤੱਕ ਉਹ ਚੀਜ਼ ਉਹ ਖਤਮ ਕਰ ਜਾਣ, ਤਾਂ ਕਿ ਅਗਲੇ ਜਿਹੜੇ ਇਨਟੇਕਸ ਨੇ ਉਹ ਬਿਲਕੁਲ ਸਮੂਥਲੀ ਜਾਣ। ਰਿਜ਼ਲਟ ਵੀ 30 ਡੇਜ਼ ਦੇ ਅੰਦਰ ਅੰਦਰ ਮਿਲਣੇ ਸ਼ੁਰੂ ਹੋ ਚੁੱਕੇ ਨੇ ਫਰੈਸ਼ ਫਾਈਲਸ ਦੇ ਉੱਤੇ, ਜਿਹੜੀ ਫਾਈਲਾਂ ਹਲੇ ਨਵੰਬਰ ਵਿੱਚ ਲੱਗੀਆਂ ਸੀ ਜਾਂ ਅਕਤੂਬਰ ਵਿੱਚ ਲੱਗੀਆਂ ਸੀ ਉਹਨਾਂ ਦੇ ਵੀ। ਹੁਣ ਜਿਹੜੀ ਮੇਨ ਇਨਟੇਕ ਦੀ ਆਪਾਂ ਇੱਥੇ ਗੱਲ ਕਰ ਰਹੇ ਹਾਂ, ਤਾਂ ਦੇਖੋ ਜਿਹੜੇ ਬੱਚਿਆਂ ਨੇ ਹਾਲੇ ਤੱਕ ਆਪਣਾ ਡਿਸੀਜਨ ਨਹੀਂ ਲਿੱਤਾ ਹੈ, ਬੈਂਡਸ ਲੈ ਚੁੱਕੇ ਨੇ, ਪਰਸੈਂਟੇਜ ਵਾਈਜ਼ ਵੀ ਅੱਛੇ ਨੇ, ਸੋ ਮੇਨ ਇਨਟੇਕ ਬਹੁਤ ਛੋਟਾ ਹੈ। ਹਾਲੇ ਵੀ ਕਈ ਕਾਲਜਿਸ ਹੈਗੇ ਨੇ ਜਿਹਦੇ ਵਿੱਚ ਆਪਸ਼ਨਸ ਅਵੇਲੇਬਲ ਹੈਗੇ ਨੇ, ਅਸੀਂ ਉਹਦੇ ਵਿੱਚ ਤੁਹਾਡਾ ਕਰਵਾ ਸਕਦੇ ਹਾਂ। ਬਟ ਕਿਉਂਕਿ ਦਸੰਬਰ ਦੇ ਵਿੱਚ ਹੈ, ਅੱਗੇ ਕ੍ਰਿਸਮਸ ਆ ਜਾਣੀ ਹੈ, ਨਿਊ ਈਅਰ ਆ ਜਾਣੀ ਹੈ, ਉਹਨਾਂ ਲੋਕਾਂ ਨੇ ਆਪਣਾ ਜਿਹੜਾ ਹੈ ਵਕੇਸ਼ਨਸ 'ਤੇ ਚਲੇ ਜਾਣੇ, ਐਂਡ ਦੈਟ ਥਿੰਗ ਵਿਲ ਰੀਓਪਨ ਇਨ ਦੀ ਫਸਟ ਵੀਕ ਆਫ ਜਨਵਰੀ। ਸੋ ਉਸ ਟਾਈਮ ਵਿੱਚ ਉਹ ਟਾਈਮ ਵੀ ਕੋਈ ਕੰਮ ਨਹੀਂ ਹੋਣਾ, ਤਾਂ ਬੈਟਰ ਹੈ ਆਪਾਂ ਆਪਣੀ ਫਾਈਲ ਨੂੰ ਉਸ ਅਕੋਰਡਿੰਗਲੀ ਪਲਾਨ ਕਰਕੇ ਹੁਣ ਤੋਂ ਹੀ ਲਾਈਏ, ਕਿਉਂਕਿ ਆਪਾਂ ਆਲਰੇਡੀ ਲੇਟ ਆ ਮੇਨ ਇਨਟੇਕ ਵਾਸਤੇ। ਕਈ ਕਾਲਜਿਸ ਨੇ ਤਾਂ ਹੁਣ ਸਪਟੈਂਬਰ ਦੇ ਵੀ ਆਫਰ ਲੈਟਰਸ ਦੇਣੇ ਸ਼ੁਰੂ ਕਰ ਚੁੱਕੇ ਨੇ। ਸੋ ਇਸ ਕਰਕੇ ਜਿੰਨਾ ਜਲਦੀ ਤੋਂ ਜਲਦੀ ਤੁਸੀਂ ਅਪਲਾਈ ਕਰ ਲਓਗੇ, ਉਨਾ ਹੀ ਜਲਦੀ ਤੁਸੀਂ ਆਪਣੀ ਆਫਰ ਲੈਟਰ ਨੂੰ ਸਿਕਿਓਰ ਕਰਨ ਵਾਲੇ ਬਣੋਗੇ। ਸੋ ਸਟੂਡੈਂਟਸ, ਮੇਨ ਇਨਟੇਕ ਨੂੰ ਲੈ ਕੇ ਤੁਹਾਡਾ ਕੋਈ ਵੀ ਸਵਾਲ ਹੈ, ਪ੍ਰੋਫਾਈਲ ਤੁਹਾਡੀ ਫਾਈਲ ਤਿਆਰ ਹੈ, ਉਹਨੂੰ ਲੈ ਕੇ ਕੋਈ ਸਵਾਲ ਹੈ, ਤਾਂ 4 ਵਜੇ ਵਾਲੇ ਲਾਈਵ ਦਾ ਤੁਸੀਂ ਪੂਰਾ ਫਾਇਦਾ ਲੈ ਸਕਦੇ ਹੋ, ਕਿਉਂਕਿ ਤੁਸੀਂ ਡਾਇਰੈਕਟ ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ ਗਗਨ ਜੀ ਨਾਲ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ।